ਸਵਾਗਤ ਹੈ ਤੁਹਾਡਾ ਤੁਸੀਂ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਸੁੱਖਾ ਖੇੜੀ ਵਾਲਾ ਪੰਜਾਬ ਦਾ ਇੱਕ ਕਾਫੀ ਵੱਡਾ ਕਾਰ ਬਾਜ਼ਾਰ ਜੋ ਪਾਤਰਾਂ ਦੇ ਵਿੱਚ ਹੈ ਪਾਤਰਾਂ ਸ਼ਹਿਰ ਦੇ ਵਿੱਚ ਹੈ ਤਸਵੀਰਾਂ ਦਿਖਾਵਾਂਗੇ ਪਾਤਰਾਂ ਦੇ ਉਸ ਕਾਰ ਬਾਜ਼ਾਰ ਦੀਆਂ ਜੋ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਕਾਰ ਪੁਰਾਣੀ ਕਾਰ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਛੋਟੀ ਕਾਰ ਤੋਂ ਲੈ ਕੇ ਲਗਜ਼ਰੀ ਕਾਰਾਂ ਤੱਕ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਪਰ ਦੱਸ ਦਈਏ ਇਸ ਲਾਕਡਾਊਨ ਤੋਂ ਬਾਅਦ ਇੱਥੇ ਸਨਾਟਾ ਫਸਰਿਆ ਹੋਇਆ ਹੈ ਜਿੱਥੇ ਕਿਸੇ ਸਮੇਂ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦੀ ਸੀ ਥਾਂ ਨਹੀਂ ਹੁੰਦੀ ਸੀ ਅੱਜ ਉਸ ਜਗ੍ਹਾ ਤੇ ਸਨਾਟਾ ਫਸਰਿਆ ਹੋਇਆ ਹੈ ਇੱਥੋਂ ਦੇ ਕਾਰੋਬਾਰੀ ਨੇ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਕਿ ਆਖਰਕਾਰ ਕਿੰਨਾ ਨੁਕਸਾਨ ਇਸ ਸਮੇਂ ਦੌਰਾਨ ਹੋਇਆ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਵਿੱਚ ਇਹਨਾਂ ਕਾਰੋਬਾਰੀਆਂ ਨੇ ਆਪਣਾ ਸਮਾਂ ਬਤਾਇਆ ਤੇ ਕੀ ਅੱਗੇ ਉਮੀਦ ਹੈ ਕਦ ਤੱਕ ਬਾਜ਼ਾਰ ਤੇ ਕਾਰੋਬਾਰ ਚਲੇਗਾ ਪ੍ਰਧਾਨ ਨੇ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਜੀ ਕੀ ਕਹੋਗੇ ਕਿੰਨਾ ਕੁ ਆਰਥਿਕ ਨੁਕਸਾਨ ਕਾਰੋਬਾਰੀਆਂ ਨੂੰ ਹੋਇਆ ਸਾਡਾ ਜਿਹੜਾ ਕਾਰੋਬਾਰ ਹੈ ਜੀ ਇੱਥੇ ਤਿਰੂਣ ਸਾਡੇ 150 ਦੇ ਕਰੀਬ ਆਫਿਸ ਬਣੇ ਹੋਏ ਨੇ ਸਾਬਿਤ ਬਣਾਏ ਹੋਏ ਨੇ ਇੱਥੇ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਜਿਹੜੇ ਤਿੰਨ ਮਹੀਨੇ ਹੋ ਗਏ ਕਸਟਮਰ ਕੋਈ ਨਹੀਂ ਆ ਰਿਹਾ ਇਸ ਟਾਈਮ ਬਾਜ਼ਾਰ ਬਿਲਕੁਲ ਸੁਨਾਪਿਆ ਹੈ 50 ਦੇ ਕਰੀਬ ਸਾਡੀ ਡੈਲੀਆ ਡੈਲੀ ਗੱਡੀਆਂ ਵਿਕਦੇ ਸੀ ਗਿਆ ਹੁਣ ਇਹ ਮੇਰੇ ਹਲੇ 5-4 ਗੱਡੀਆਂ ਬਿਲਕੁਲ ਮੁਸ਼ਕਲ ਨਾਲ ਹੀ ਵਿਕਦੀਆਂ ਨੇ ਨੁਕਸਾਨ ਤਾਂ ਜਿਵੇਂ ਸਾਨੂੰ ਰੈਂਟ ਪੈ ਗਿਆ ਰੈਂਟ ਬਹੁਤ ਪੈ ਗਿਆ ਤੇ ਕੁਝ ਮਾਲਕਾਂ ਨੇ ਸਾਨੂੰ ਲੈਸ ਵੀ ਕੀਤਾ ਪਰ ਰੈਂਟ ਫਿਰ ਵੀ ਨੁਕਸਾਨ ਤਾਂ ਤਨਖਾਹਾਂ ਪੈ ਗਈਆਂ ਡਰਾਈਵਰਾਂ ਦੀ ਅਕਾਊਂਟੈਂਟਾਂ ਦੀ ਤਰ ਤਨਖਾਹਾਂ ਪੈ ਗਈਆਂ ਬਾਕੀ ਸਾਡਾ ਗੱਡੀਆਂ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ ਹੈ ਬੈਟਰੀਆਂ ਸਰਵਿਸ ਵਗੈਰਾ ਖਰਾਬ ਹੋ ਗਈ ਗੱਡੀਆਂ ਦੀ ਤੇ ਇਹਦਾ ਲੋਸ ਬਹੁਤ ਭਿਆਹ ਸਾਨੂੰ ਤੇ ਮੇਰਾ ਖਿਆਲ ਹੈ ਵੀ ਅੱਗੇ ਵੀ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਲੱਗਦੀ ਕਿ ਜਿਹੜਾ 2020 ਦਾ ਸਾਲ ਹੈ ਇਹ ਸਾਡਾ ਜੇਕਰ ਖਰਚਾ ਵਗਰਾ ਨਿਕਲਦੇ ਤਾਂ ਵਧੀਆ ਗੱਲ ਹੈ ਮਦਾਨ ਜੀ ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਵੇਂ ਕਿ ਦਫ਼ਤਰ ਨੇ ਜਿਹੜੇ ਆਰਟੀਓ ਦਫ਼ਤਰ ਨੇ ਉਹ ਬੰਦ ਨੇ ਕੀ ਲੱਗਦਾ ਕਿ ਕਾਰੋਬਾਰ ਤੁਹਾਡਾ ਅੱਗੇ ਚੱਲ ਰਿਹਾ ਹੈ ਇਹ ਸਮੱਸਿਆ ਆ ਰਹੀਆਂ ਨੇ ਹਾਲੇ ਹਾਲੇ ਕਾਪੀ ਨਾ ਨਹੀਂ ਹੋਈਆਂ ਕੋਈ ਡਾਕੂਮੈਂਟਸ ਜਾਣ ਹੀ ਨਹੀਂ ਰਹੇ ਕੀ ਕਹੋਗੇ ਆਰਟੀਓ ਦਫ਼ਤਰ ਨੇ ਜਿਹੜੇ ਮੇਰੇ ਖਿਆਲ ਨਾਲ ਮਾਤਰ ਹੀ ਕੰਮ ਹੋ ਰਿਹਾ ਹੈ ਉਹਨਾਂ ਚ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਇਹ ਇਹਨਾਂ ਨੂੰ ਫਾਸਟ ਕੀਤਾ ਜਾਵੇ ਸਾਡੇ ਗੱਡੀਆਂ ਜਿਹੜੀਆਂ ਵੇਚੀਆਂ ਹੋਈਆਂ ਨੇ ਉਹ ਨਾਮ ਕਰਾ ਕੇ ਬੈਂਕਾਂ ਤੋਂ ਲੋਨ ਹੋ ਕੇ ਹੀ ਪੇਮੈਂਟ ਆਣੀ ਹੈ ਉਦੋਂ ਤੱਕ ਬੈਂਕਾ ਜਿਹੜਾ ਪੇਮੈਂਟ ਨਹੀਂ ਕਰਦਾ ਪਹਿਲਾਂ ਕਰ ਦਿੰਦਾ ਸੀਗਾ ਹੁਣ ਨਹੀਂ ਕਰ ਰਿਹਾ ਵੀ ਆਰਟੀਓ ਟਰਾਂਸਫਰ ਹੋਏਗੀ ਆਰਸੀ ਫਿਰ ਅਸੀਂ ਪੇਮੈਂਟ ਪਾਵਾਂਗੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਫਾਸਟ ਥੋੜਾ ਜਿਹਾ ਕੰਮ ਕੀਤਾ ਹੋਵੇ ਜਿਹੜਾ ਕਿ ਸਰਕਾਰ ਨੂੰ ਵੀ ਸਾਡੇ ਰੈਵਨਿਊ ਆਸੀ ਬਣਦਾ ਉਹ ਵੀ ਦੇ ਰਹੇ ਆ 10 ਤੋਂ 15 ਕਰੋੜ ਰੁਪਏ ਅਸੀਂ ਸਾਲ ਦਾ ਟੈਕਸ ਦੇ ਰਹੇ ਆ ਤਿਕਨੋਂ 40-50000 ਰੁਪਏ ਇੱਕ ਗੱਡੀ ਦਾ ਟੈਕਸ ਬਣਦਾ ਹੈ ਅਸੀਂ ਸਾਰਾ ਭਰ ਰਹੇ ਹਾਂ ਦਿੱਲੀ ਤੋਂ ਐਨਓਸੀ ਲੈ ਕੇ ਅੱਗੇ ਨੰਬਰ ਲਵਾਣੇ ਆ ਪੀਐਸੀ ਸਰਕਾਰ ਤੋਂ ਜਲਦੀ ਮੰਗ ਕਰਦੇ ਆ ਵੀ ਫਾਸਟ ਕੰਮ ਕੀਤਾ ਜਾਵੇ ਗ੍ਰਾਹਕ ਨਾ ਦੇ ਬਰਬਾਦ ਦਿਖ ਰਿਹਾ ਜੀ ਕੀ ਲੱਗਦਾ ਕਿ ਪਹਿਲਾਂ ਕਦੇ ਅਜਿਹਾ ਸਮਾਂ ਤੁਸੀਂ ਵੇਖਿਆ ਸੀ ਤੁਸੀਂ 1993 ਤੋਂ ਕੰਮ ਕਰਦੇ ਆ ਰਹੇ ਹੋ ਇਸ ਮਾਰਕੀਟ ਦੇ ਵਿੱਚ ਕਾਫੀ ਮੰਨੀ ਪਰਮੰਨੀ ਪਾਤੜਾਂ ਦੀ ਇਹ ਕਾਰ ਬਜ਼ਾਰ ਆ ਤੇ ਕੀ ਕਹੋਗੇ ਕਦੇ ਅਜਿਹਾ ਸਮਾਂ ਦੇਖਿਆ ਸੀ ਕਦੇ ਅਜਿਹਾ ਸਨਾਟਾ ਪਸਰਿਆ ਹੋਇਆ ਜਿਹਾ ਨਹੀਂ ਇਹੋ ਜਿਹਾ ਕੁਸਮ ਕਦੇ ਵੀ ਨਹੀਂ ਦੇਖਿਆ ਸੀਗਾ ਸਾਡੇ ਤੇ ਲੋਕਡਾਊਨ ਦੀ ਜਿਹੜੀ ਚੀਜ਼ ਹੈ ਪਹਿਲੀ ਵਾਰ ਕਦੇ ਪਹਿਲਾਂ ਸੋਚੀ ਨਹੀਂ ਸੀ ਕਿ ਲੋਕਡਾਊਨ ਕੀ ਹੁੰਦਾ ਇਹ ਤਾਂ ਬਹੁਤ ਵੱਡੀ ਮਸਲੋ ਮਾਰ ਪਈ ਹੈ ਡੀਲਰਾਂ ਨੂੰ ਨੁਕਸਾਨ ਤਾਂ ਸਾਰਿਆਂ ਦਾ ਹੋਇਆ ਪਰ ਡੀਲਰਾਂ ਨੂੰ ਜ਼ਿਆਦਾਤਰ ਨੁਕਸਾਨ ਹੋਇਆ ਪਹਿਲਾਂ ਕਿੰਨੀਆਂ ਕਾਰਾਂ ਵੇਚਦੇ ਦੇ ਤੇ ਹੁਣ ਕਿੰਨੀਆਂ ਕਦੇ ਪਹਿਲਾਂ ਤਾਂ ਕਿਰਪਾ ਅਵਰੇਜ 50 ਗੱਡੀਆਂ ਸਾਡੀਆਂ ਸੇਲ ਹੁੰਦੀਆਂ ਸੀਗਾ ਹੁਣ ਹਾਂਜੀ ਹੁਣ ਮਰ 5-7 ਗੱਡੀਆਂ ਹੀ ਸੇਲ ਹੁੰਦੀਆਂ ਨੇ ਕਾਫੀ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਿਲਕੁਲ ਜੀ ਪ੍ਰਧਾਨ ਜੀ ਪੰਜਾਬ ਦੇ ਕਾਰ ਬਾਜ਼ਾਰ ਦੇ ਤੇ ਸਾਰਿਆਂ ਨਾਲ ਇੱਕ ਹੋ ਸਕਸ ਮੌਜੂਦ ਨੇ ਕੀ ਨਾ ਜੀ ਤੁਹਾਡਾ ਦੁਰਗਾ ਸਿੰਘਲਾ ਵਾਈਸ ਪ੍ਰਧਾਨ ਕਾਰ ਬਾਜ਼ਾਰ ਐਸ਼ਸ਼ ਪਤਲਾ ਜੀ ਸਿੰਗਲ ਜੀ ਕੀ ਕਹੋਗੇ ਕਿੰਨਾ ਕੁ ਨੁਕਸਾਨ ਹੁਣ ਤੱਕ ਹੋਇਆ ਕਿੰਨਾ ਕੁ ਲਾਸਟ ਕਿੰਨਾ ਕੁ ਜਿਹੜਾ ਹੈਗਾ ਨੁਕਸਾਨ ਚ ਲੈਆ ਕਾਰੋਬਾਰੀਆਂ ਨੇ ਦੇਖੋ ਨੁਕਸਾਨ ਜਿਹੜਾ ਇਹ ਕੁਦਰਤੀ ਮਾਰ ਹੈ ਨੁਕਸਾਨ ਤਾਂ ਬਹੁਤ ਜ਼ਿਆਦਾ ਜਿਹਦਾ ਅੰਕਲ ਨਹੀਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਕੰਮ ਬੰਦ ਪਿਆ ਹੈ ਹੁਣ ਸਰਕਾਰ ਵੱਲੋਂ ਕੁਝ ਰਾਹਤਾਂ ਦੇ ਕੇ ਖੋਲ ਦਿੱਤਾ ਗਿਆ ਹੈ ਲੇਕਿਨ ਗ੍ਰਾਹਕ ਨਹੀਂ ਆ ਰਿਹਾ ਉਹਦਾ ਕਰਨਾ ਏਅਰਪੋਰਟ ਨਹੀਂ ਚੱਲ ਰਹੇ ਜੋ ਗੱਡੀਆਂ ਲੈ ਕੇ ਜਾਂਦੇ ਨੇ ਉਹ ਟੈਕਸੀ ਚਲਾ ਕੇ ਗੁਜ਼ਾਰਾ ਕਰਦੇ ਨੇ ਬੈਂਕਾਂ ਤੋਂ ਲੋਨ ਲੈ ਕੇ ਕਿਸ ਤਰ੍ਹਾਂ ਬਰਦੇ ਨੇ ਉਹਨੂੰ ਪ੍ਰੋਬਲਮ ਬਹੁਤ ਹੈ ਇਸ ਕਰਕੇ ਇਹ ਹਲੇ ਲੱਗਦਾ ਨਹੀਂ ਵੀ 2020 ਦੇ ਵਿੱਚ ਇਹਦਾ ਕੋਈ ਮਸਲਾ ਹੱਲ ਹੋਏਗਾ ਇਹਦਾ ਮੇਰੀ ਕੁਦਰਤੀ ਮਾਰ ਲੰਬੀ ਚੱਲੇਗੀ ਇਹਦਾ ਅਸਰ ਚਾਹੇ ਬੇਸ਼ੱਕ ਖੁੱਲ ਗਿਆ ਬਾਜ਼ਾਰ ਲੇਕਿਨ ਇਹਦੀ ਮਾਰ ਦਾ ਅਸਰ ਬਹੁਤ ਲੰਮਾ ਚੱਲੇਗਾ ਜੀ ਤੇ ਕੀ ਲੱਗਦਾ ਕਿੰਨਾ ਜਿਹੜਾ ਹਲੇ ਵੀ ਤੁਹਾਨੂੰ ਜਿਹੜਾ ਹੈਗਾ ਅਦਾਇਗੀ ਕਰਨੀ ਪੈਂਦੀ ਉਹ ਚਾਹੇ ਲੇਬਰ ਨੂੰ ਹੋਵੇ ਜਾਂ ਜਿਹੜਾ ਹੈਗਾ ਜੇ ਡਰਾਈਵਰ ਰੱਖੇ ਨੇ ਜਾਂ ਹੋਰ ਕਿ ਕਿਹੜੇ ਕਿਹੜੇ ਮਾਰਫੇ ਜਿਹੜੇ ਵੀ ਡਰਾਈਵਰ ਨੇ ਜਾਂ ਕੰਟੈਂਟ ਨੇ ਉਹ ਸਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਚਾਹੇ ਚਾਹੇ ਮਤਲਬ ਨੁਕਸਾਨ ਸਾਡਾ ਜਿੰਨਾ ਵੀ ਹੋ ਰਿਹਾ ਸਾਰਾ ਕਾਰੋਬਾਰ ਉਹਨਾਂ ਦੀ ਪੂਰੀ ਹੈਲਪ ਕਰ ਰਿਹਾ ਕੋਈ ਤਨਖਾਹ ਨਹੀਂ ਕੱਟ ਰਿਹਾ ਕਿਸੇ ਦੀ ਹਾਲਾਂਕਿ ਜਿਹੜੇ ਕਿਰਾਏਦਾਰ ਬੈਠੇ ਨੇ ਮਾਲਕਾਂ ਨੇ ਬਹੁਤ ਰਾਹ ਦਿੱਤੀ ਹੈ ਕਿਰਾਇਆ ਕੁਛ ਨਾ ਕੁਛ 25 30% ਘਟਾਇਆ ਉਹਨਾਂ ਨੇ ਮੌਲ ਨੂੰ ਦੇਖਦੇ ਹੋਏ ਇਹ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਡੇ ਲਈ ਜਿਹੜੇ ਦੁਕਾਨ ਮਾਲਕਾਂ ਨੇ ਕਿਰਾਏਦਾਰਾਂ ਦਾ ਕਿਰਾਇਆ ਘਟਕ ਕੀਤਾ ਹੈ ਡਰਾਈਵਰਾਂ ਦਾ ਪੂਰਾ ਸਹਿਯੋਗ ਹੈ ਕੋਈ ਗੱਲ ਨਹੀਂ ਔਰ ਮਾਲਕਾਂ ਨੇ ਵੀ ਦਰਿਆਦਲੀ ਦਿਖਾਈ ਹੈ ਚਾਹੇ ਅਸੀਂ ਆਪ ਕਿੰਨੇ ਤੰਗਾਂ ਅਸੀਂ ਕਿਸੇ ਡਰਾਈਵਰ ਦੀ ਕੋਈ ਤਨਖਾਹ ਤੋਂ ਕੱਟ ਬਿਲਕੁਲ ਜੀ ਬਿਲਕੁਲ ਜਾਂਦੇ ਹਾਂ ਦੀ ਗੱਲ ਕਰ ਲੈਣੇ ਕੀ ਕੀ ਲੱਗਦਾ ਕਿ ਅ ਜਲਦੀ ਹਾਲਾਤ ਸੁਧਰਨਗੇ ਤੇ ਬਾਜ਼ਾਰ ਮੁੜ ਉਸੇ ਤਰ੍ਹਾਂ ਹੀ ਦੁਬਾਰਾ ਚੱਲੇਗਾ ਸਾਨੂੰ ਨਹੀਂ ਲੱਗਦਾ ਜੀ 2020 ਦੇ ਵਿੱਚ ਵੀ ਕੰਮ ਚੱਲੂ ਸਾਡਾ ਕਿਉਂਕਿ ਹੁਣ ਤੱਕ ਨਾ ਤਾਂ ਅਥਾਰਟੀਆਂ 'ਚ ਕੰਮ ਚੱਲ ਰਿਹਾ ਹੈਗਾ ਤੇ ਆਰਸੀ ਲਈ ਹੋਈ ਹੈ ਜਦੋਂ ਆਰਸੀ ਲਾਦਾਂ ਨੇ ਆ ਅਸੀਂ ਪੁੱਛਦਾ ਪਾਰਟੀ ਨੂੰ ਪੈਸੇ ਦੇਜੋ ਉਹ ਕਹਿੰਦਾ ਸਾਡੀ ਕਾਪੀ ਦੇ ਦਿਓ ਕਾਪੀ ਆਂਦੀ ਨਹੀਂ ਹੈਗੀ ਇਸ ਕਰਕੇ ਸਾਨੂੰ ਕੰਮ ਚੱਲਦਾ 2020 ਤੱਕ ਨਜ਼ਰ ਨਹੀਂ ਆ ਰਿਹਾ ਹੈਗਾ ਸ਼ਹਿਰ ਦਾ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬਿਲਕੁਲ ਸਨਾਟਾ ਪਸਰਾ ਹੋਇਆ ਨਜ਼ਰ ਆਏਗਾ ਕਦੋਂ ਦੁਬਾਰਾ ਇੱਥੇ ਰੌਣਕ ਪਰਤੇਗੀ ਕਦੋਂ ਗ੍ਰਾਹਕ ਆਉਣਗੇ ਕੋਈ ਨਹੀਂ ਜਾਣਦਾ 2020 ਤੱਕ ਇਹ ਕਾਰੋਬਾਰੀ ਸਮਝਦੇ ਨੇ ਕਿ ਬਾਜ਼ਾਰ ਇਸੇ ਤਰ੍ਹਾਂ ਘਟੇ ਦਾ ਸੌਦਾ ਬਣ ਕੇ ਰਹੇਗਾ ਉਹਨਾਂ ਨਹੀਂ ਉਮੀਦ ਕੇ ਜਲਦ ਬਾਜ਼ਾਰ ਖੁੱਲੇਗਾ ਜਲਦ ਬਾਜ਼ਾਰ ਦੇ ਵਿੱਚ ਕੋਈ ਗ੍ਰਾਹਕ ਆਏਗਾ ਪਰ ਉਮੀਦ ਜਿਤਾਈ ਜਾ ਰਹੀ ਹੈ ਕਿ ਜੇਕਰ ਸਰਕਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣੀ ਜਿਹੜੀ ਇਹ ਕੰਮ ਦੀ ਸਮਰੱਥਾ ਵਧਾ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਗ੍ਰਾਹਕ ਮੋੜ ਦੁਆਰਾ ਪਰਤਨ ਕਿਉਂਕਿ ਜਦ ਗੱਡੀ ਕੋਈ ਖਰੀਦਦਾ ਤਾਂ ਗੱਡੀ ਦੇ ਪੇਪਰ ਅਦਾਰੇ ਵਿੱਚ ਜਾਂਦੇ ਨੇ ਤਾਂ ਉਹ ਜਲਦ ਨਾ ਨਹੀਂ ਹੁੰਦੇ ਜਿਸ ਕਰਕੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਤਰਾਂਤੋਂ ਕੈਮਰਾਮੈਨ ਗੁਰਪੀ ਦੇ ਨਾਲ ਸੁੱਖਾ ਖੇੜੀ ਵਾਲਾ